ਹਲ ਵੀਰੇ ਸਾਰਿਆਂ ਨੂੰ ਅੱਜ ਆਏ ਆਪਾਂ ਰਾਜਪੁਰੇ ਦੇ ਲਾਗੇ ਖੇੜੀ ਗੁਰਨਾ ਪਿੰਡ ਗਰਾਊਂਡ ਜਿਹੜਾ ਰੈਡੀ ਆ ਤੇ ਨੈਟ ਨੂੰ ਟਕਾਸਤਾ ਬਾਈ ਮੇਰਾ ਭਰਾ ਲੱਕੀ ਕਢਾਵਾ ਉਹ ਠੀਕ ਹੋ ਵੀਰੇ ਸਾਰੇ ਹਾਂ ਵਧੀਆ ਵੀਰ ਆਪਣਾ ਕਮੈਂਟਰੀ ਕਰਦਾ ਕ੍ਰਿਕਟ ਦੀ ਵੀ ਸਾਡੇ ਨਾਲ ਬਹੁਤ ਮੈਚ ਬੋਲਿਆ ਅੱਜ ਵਾਲੀਬਾਲ ਦੇ ਵਿੱਚ ਸਾਡਾ ਵੀਰ ਆਪਣੇ ਨਾਲ ਸੇਵਾ ਦਊਗਾ ਆਜੋ ਮਿਲਦੇ ਹਾਂ ਖਾਸੀਆਂ ਖੇਡੀਆਂ ਵੀ ਕਰਾਂਗੇ ਸਾਰੇ ਭਰਾਵਾਂ ਨਾਲ ਹਜੇ ਤਿਆਰੀਆਂ ਚੱਲਦੀਆਂ ਘੰਟੇ ਡੇਢ ਘੰਟੇ ਤੱਕ ਤਕਰੀਬਨ ਜਿਹੜੇ ਮੈਚ ਸ਼ੁਰੂ ਹੋਣਗੇ ਆਹ ਚੱਲੀਏ ਲੱਕੀ ਤੁਹਾਨੂੰ ਪਿੰਡ ਦੀਆਂ ਰੌਣਕਾਂ ਦਿਖਾਈਆਂ ਹੋਰ ਜੀ ਲਓ ਜੀ ਆ ਸੁਗਾ ਮੈਡੀਆ ਪਿੰਡ ਦੀ ਹੈ ਨਾ ਬਹੁਤ ਵਧੀਆ ਮੇਲਾ ਤਕੜਾ ਮੇਲਾ ਭਰਦਾ ਮਾਨਸਾ ਦੇ ਪਿੰਡਾਂ ਦਾ ਉਹਦੇ ਅਤੇ ਔਰ ਆਹ ਜਿਹੜੇ ਲੋਕ ਨਾਚ ਆਪਣੇ ਭੁੱਲ ਚੁੱਕੇ ਨੇ ਪੰਜਾਬੀ ਚਾਦਰੇ ਲੱਗੇ ਹੋਏ ਆ ਦੇਖੋ ਹੈ ਨਾ ਦੇਖ ਸਕਦੇ ਤੁਸੀਂ ਆਹ ਪਿੰਡ ਦੇ ਵਿੱਚ ਸੰਗਤ ਪੂਰਾ ਆਨੰਦ ਲੈਂਦੀ ਹੋਈ ਹੈ ਨਾ ਵਧੀਆ ਦੇਖੋ ਕਿੰਨਾ ਵਧੀਆ ਗਾਉਂਦੇ ਨੇ ਹੈ ਨਾ ਇਹ ਚੀਜ਼ਾਂ ਆਪਣੇ ਪਿੰਡਾਂ 'ਚ ਰਿਹਾ ਨਹੀਂ ਮਾਹੌਲ ਜਿਹਾ ਪਰ ਆਹ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਬੜਾ ਵਧੀਆ ਲੱਗਿਆ ਮੇਰੇ ਨਾਲ ਲੱਗੀ ਕਢਾਵਾ ਜੀ ਬਾਈ ਕਿੰਨੇ ਕੁ ਟਾਈਮ ਤੋਂ ਜਿੱਦਾਂ ਇਹਦਾ ਵੀਰੇ ਸਾਡੇ ਚੱਲਦਾ ਹੀ ਰੈਗੂਲਰ ਕਿਉਂਕਿ ਹਰਿਆਣੇ ਦੇ ਨਾਲ ਪਿੰਡ ਪੈ ਜਾਂਦਾ ਸਾਡੇ ਲੋਕ ਤਾਂ ਜਿਹੜੀ ਚੱਲਦੀ ਆ ਪੁਆਧੀ ਚੱਲਦੀ ਆ ਹਾਂ ਹਾਂ ਦੁਨੀਆ ਸਵਾਦ ਲੈਂਦੀ ਤੁਹਾਡੇ ਸਾਹਮਣੇ ਦੇਖੋ ਕਿੰਨੀ ਦੁਨੀਆ ਲਾਈਵ ਹੋਣੀ ਹਾਂ ਇਹ ਜਿੱਦਾਂ ਬਾਬੇ ਵੀ ਪੂਰੇ ਪ੍ਰਸੰਨ ਹੋਏ ਹੋਏ ਨੇ ਬਾਈ ਦੇਖ ਕੇ ਅਸਲ ਪੰਜਾਬ ਦੇਖੋ ਯਾ ਪੈਨ ਬਹੁਤ ਵਧੀਆ ਬਾਈ ਹੋਰ ਵੀ ਯਾਦਾਂ ਜੋੜਦੇ ਹਾਂ ਪਿੰਡ ਦੀਆਂ ਆਉਂਦੇ ਹਾਂ ਤੁਹਾਨੂੰ ਮਿਲਦੇ ਹਾਂ ਜੀ ਫਿਰ ਮੈਚਾਂ ਦੇ ਵਿੱਚ ਹਾਂਜੀ ਕਿਆ ਬਾਤ ਸੈਕਿੰਡ ਰਾਊਂਡ ਦਾ ਇਹ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਸੌਰੀ ਥੋੜ੍ਹੇ ਅੱਜ ਲੇਟ ਆਈਆਂ ਨੇ ਟੀਮਾਂ ਮੇਰਾ ਵੀਰ ਹੈ ਨਾ ਪਰ ਮੈਚ ਬਹੁਤ ਵਧੀਆ ਹੋ ਰਹੇ ਨੇ ਖੇੜੀ ਗੁਰਨਾ ਦੇ ਵਿੱਚ ਔਰ ਜਿਹੜੇ ਸੈਕਿੰਡ ਰਾਊਂਡ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਸਮਾਣਾ ਅਤੇ ਸਾਰਣ ਹਰਿਆਣਾ ਬਹੁਤ ਚੰਗਾ ਮੈਚ ਜਿਹੜਾ ਲੱਗਣ ਜਾ ਰਿਹਾ ਇੱਧਰੋਂ ਭੱਲਾ ਜੀ ਸਾਡੇ ਬੜੇ ਸਤਿਕਾਰਯੋਗ ਨੇ ਭੱਲਾ ਜੀ ਕਿਵੇਂ ਲੱਗ ਰਿਹਾ ਤੁਹਾਡੇ ਪਿੰਡ ਦੇ ਵਿੱਚ ਮੈਚ ਮੇਰੀ ਕਿਰਪਾ ਤਾਂ ਕਾਹਦੀ ਆ ਕਿਰਪਾ ਉਸ ਪਰਮਾਤਮਾ ਦੀ ਆ ਦੇਖੋ ਮਾੜੀ ਦੇ ਉੱਤੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਬਾਈ ਸ਼ੈੱਡ ਦੇ ਥੱਲੇ ਬਾਈਆਂ ਨੇ ਬਹੁਤ ਵਧੀਆ ਕਹਿੰਦੀ ਵੀ ਪ੍ਰਬੰਧ ਕਰੇ ਹੋਏ ਆ ਨਾ ਅਤੇ ਸੰਗਤ ਆਨੰਦ ਮਾਣ ਦੀ ਆਲੇ ਦੁਆਲੇ ਬੈਠੀ ਹੈ ਨਾ ਪੂਰਾ ਵਧੀਆ ਟੂਰਨਾਮੈਂਟ ਬਾਈਆਂ ਨੇ ਹੈਪੀ ਉਹਨਾਂ ਨੇ ਰਲ ਮਿਲ ਕੇ ਕਰਵਾਇਆ ਸਵਾਦ ਆ ਯਾਰ ਮੈਚ ਦਾ ਦੇਖੋ ਕਿੰਨੇ ਸੋਹਣੇ ਲੱਗਦੇ ਲਾਈਟਾਂ ਵੀ ਪ੍ਰੋਪਰ ਲਾਈਆਂ ਬਾਈਆਂ ਨੇ ਹੈ ਨਾ ਅਤੇ ਹੋਰ ਕੁਛ ਭੱਲਾ ਖੇੜੀ ਤੋਂ ਬਾਈ ਹੋਰ ਕੁਛ ਸਾਂਝਾ ਕਰਨਾ ਹੋਵੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਆਪਣਾ ਜੀ ਧੰਨਵਾਦ ਭੱਲੇ ਵੀਰੇ ਲਓ ਜੀ ਚੱਲਦਾ ਹੋਇਆ ਮੈਚ ਬਹੁਤ ਸ਼ਾਨਦਾਰ ਆ ਤੇ ਆ ਖੇਡ ਮੇਲੇ ਤੇ ਅਮਨ ਬਹਾਦਰ ਤੋਂ ਆਏ ਹੋਏ ਨੇ ਅਮਨ ਕਿਵੇਂ ਲੱਗਿਆ ਟੂਰਨਾਮੈਂਟ ਪੰਜਾਬ ਮੇ ਖੇਲ ਕਰ ਪੰਜਾਬ ਚ ਖੇਡ ਕੇ ਕਿਵੇਂ ਲੱਗਦਾ ਹਾਂਜੀ ਅਨਿਕੇਤ ਜੀ ਆਏ ਹੋ ਤੁਸੀਂ ਇਹ ਬਾਈ ਆਪਣਾ ਪ੍ਰਿੰਸ ਹੋਣੀ ਖੜੇ ਆ ਬੜੇ ਵਧੀਆ ਹਾਸੀ ਮਜ਼ਾਕ ਵਾਲੇ ਸੁਭਾਅ ਆ ਭਰਾ ਸਾਡੇ ਅਗਲਾ ਮੈਚ ਦੇ ਵਿੱਚ ਕਿਵੇਂ ਦਾ ਪ੍ਰਦਰਸ਼ਨ ਹੋ ਕਈ ਵਾਰ ਇਹਦੇ ਵੀ ਚੌਲ ਆ ਜਾਂਦੇ ਨੇ ਅੱਖਾਂ ਚ ਹਨਾ
बहुत वधिया वीरां ने खेड मेला करवाया इधर लाइव वाले भरा फोटो खिंचदे फिरदे आ स्टार फतेह टीवी ते चल रहा लाइव इधर वीर गुरजंट होनी भरा ने अपने वीर ने खेड मेला रल मिल के कराया बी पहला टूरनामेंट दिता कराया कि वधिया लगे मैच सानू बहुत वधिया लगे क्योंकि पहली बार कराया सानू अपने फ्रेंडा का दोस्तों का पिंड वासियों का बहुत साथ मिलिया हर साल इसे तरह इस तो वध चढ़ के होर भी कराया करांगे ठीक है वीरे ये बी कहिंदे भी पहला जिदा ब्याह का पता लगता पहले टूरनामेंट का पता लगता अगले साल बी कहिंदे भी होर भी वधिया प्राइज आप रख के पिंड दे विच टूरनामेंट करावांगे बाइया का धन्यवाद बी आ एरिए वालीबाल थोड़ी जी घट हम आने लग गई है राजपुर के एरिए बी धन्यवाद जुड़े हो वालीबाल के नाल ब्लॉग जिहड़ा मिंटू राजगढ़ चैनल जरूर सबसक्राइब करना सारे भरावां ने भी कड़ाम वाले बर्फी बहुत स्वाद लगी मैंने यार भाई कहते भी मिंटू मिल के बड़ा नजारा आया भरा सा राजे हो इलाके राजगढ़ी मिंटू धन्यवाद बी इन्ना प्यार दिता बी बर्फी तो यार बहुत सुहास बी बर्फी भी पूछना दिल तो पूछ सजना ਯਾਨੀ ਕਿ ਯਾਰ ਬਰਫੀ ਨੇ ਨਜ਼ਾਰਾ ਬਣਤਾ ਬਾਈ ਜਿਹੜੀ ਤੁਸੀਂ ਖਲਾਈ ਅੱਜ ਹੈ ਜੇ ਉਹੀ ਬਰਫੀ ਵੀਰੇ ਉਸ ਤੋਂ ਵੀ ਵਧੀਆ ਹੁੰਦੀ ਹੋਰ ਸਵਾਦ ਵਾਲਾ ਹਾਂ ਤੇ ਬਾਈ ਕਿੱਦਾਂ ਲੱਗਿਆ ਟੂਰਨਾਮੈਂਟ ਦੇ ਵਾਲੀਬਾਲ ਦੇ ਆਉਂਦਾ ਨਜ਼ਾਰਾ ਪੂਰਾ ਕਮੈਂਟ ਕਰ ਨਜ਼ਾਰਾ ਬਾਬੇ ਸਵਾਦ ਆਉਂਦਾ ਪੂਰਾ ਆਉਂਦਾ ਠੀਕ ਹੈ ਇੱਧਰ ਵੀ ਦਰਸ਼ਕ ਵੀਰ ਬੈਠੇ ਆ ਬਾਈ ਕਿਵੇਂ ਲੱਗ ਰਿਹਾ ਖੇਡ ਮੇਲਾ ਆ ਰਿਹਾ ਸਵਾਦ ਚਲ ਧੰਨਵਾਦ ਬਾਈ ਵਲੌਗ ਦੇ ਨਾਲ ਜੁੜੇ ਰਹਿਣਾ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਇੱਕ ਵਾਰ ਤੂੰ ਵੀ ਬੋਲ ਦੇ ਮੈਕ ਦੇ ਵਿੱਚ ਉਧਰ ਮਿੰਟੂ ਹੈ ਸਾਡਾ ਰਾਜਗੜ੍ਹ ਵਾਲਾ ਵੀਰ ਦੁਰਾਹੇ ਤੋਂ ਕਹਿੰਦੇ ਲੈ ਕੇ ਤੁਰ ਕੇ ਆਇਆ ਭਰਾ ਸਾਡਾ ਸੁਬੇਰ ਦਾ ਵੀ ਧੰਨਵਾਦ ਹੈ ਸਾਡੇ ਲੰਗਰ ਦੇ ਵਿੱਚ ਆਇਆ ਮਿੰਟੂ ਦੇ ਲਈ ਪਿਆਰ ਹੈ ਭਰਾ ਸਾਡਾ ਵੱਡਾ ਵੀਰ ਹੈ ਧੰਨਵਾਦ ਕਰਦੇ ਹਾਂ ਮਿੰਟੂ ਕਹਿੰਦੇ ਰਾਜਗੜ੍ਹੀ ਆ ਮੈਂ ਜਿਹੜਾ ਸ਼ੁਰੂ ਹੋਣ ਜਾ ਰਿਹਾ ਸਮਘੌਲੀ ਤੇ ਮਨਸੂਰਪੁਰ ਇੱਧਰ ਵੀਰ ਹੋਣੀ ਸਾਡੇ ਬਹੁਤ ਵਧੀਆ ਰੈਫਰੀ ਕਰਦੇ ਆ ਬਿੰਦਰ ਵੀਰ ਇਹ ਵੀ ਬਿੰਦਰ ਵੀਰੇ ਹੁਣ ਵਾਲੀ ਤੇ ਪਹਿਲਾਂ ਵਾਲੀ ਵਾਲੀਬਾਲ ਦੇ ਵਿੱਚ ਕੋਈ ਫਰਕ ਹੈ ਜੀ ਬਹੁਤ ਫਰਕ ਹੈ ਦੱਸੋ ਜੀ ਮਾੜਾ ਜਿਹਾ ਸੰਗਤ ਨੂੰ ਡੌਚ ਬਹੁਤ ਹੈ ਜੀ ਡੌਚ ਖੇਲਦੇ ਮੁੰਡੇ ਹੁਣ ਪਹਿਲਾਂ ਨਹੀਂ ਤਾਂ ਡੌਚ ਹੁਣ ਡੌਚ ਖੇਲਣ ਲੱਗੇ ਡੌਚ ਖੇਲਣ ਲੱਗੇ ਹਨਾ ਵੀ ਸਵਾਲ ਆ ਗਈ ਹਾਂਜੀ ਹਾਂਜੀ ਚੇਂਜ ਵਾਲੇ ਸਕੋਰ ਚੱਕੇ ਗਏ ਟੈਂਸ ਸਕੋਰ ਹੋ ਗਏ ਸਿੱਧੇ ਜੀ ਹਾਂਜੀ ਹਾਂਜੀ ਕਰਕੇ ਜ਼ੋਰ ਘੱਟ ਪਾਉਣ ਲੱਗਦਾ ਹੁਣ ਹਾਂਜੀ ਹਾਂ ਪਹਿਲਾਂ ਚੇਂਜ ਲੈਣੀ ਪੈਂਦੀ ਸੀ ਬਹੁਤ ਜ਼ੋਰ ਲਾਉਂਦਾ ਹਾਂਜੀ ਹਾਂਜੀ ਤੇ ਬਾਈ ਉਹ ਟਾਈਮਾਂ ਦੇ ਚਲੋ ਖੇਲੇ ਹੋਏ ਆ ਵੀਰ ਆਪਣੇ ਚਲੋ ਆਪਾਂ ਸੀਨੀਅਰ ਖਿਡਾਰੀਆਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਹਨਾ ਤੇ ਬਾਈਆਂ ਨੇ ਜ਼ਰੂਰ ਵਧੀਆ ਦੱਸਿਆ ਬਾਈ ਕਹਿੰਦੇ ਵੀ ਪਹਿਲਾਂ ਬਹੁਤ ਜ਼ੋਰ ਲੱਗਦਾ ਸੀਗਾ ਹੁਣ ਥੋੜਾ ਘੱਟ ਲੱਗਦਾ ਟੀਮਾਂ ਦਾ ਵੀ ਉਦਾਂ ਟੀਮਾਂ ਨਹੀਂ ਬਣਦੀਆਂ ਪਰ ਬਾਈ ਮੁੰਡੇ ਫੇਰ ਵੀ ਆਪਣੇ ਪੰਜਾਬ ਦੇ ਚਲੋ ਉੱਠ ਰਹੇ ਆ ਤੇ ਦੁਆਵਾਂ ਨੇ ਇਹਨਾਂ ਵੀਰਾਂ ਦੇ ਲਈ ਤੇ ਵਧੀਆ ਵਿਚਾਰ ਸਾਡੇ ਬਿੰਦਰ ਦੋਜੀਆਂ ਨੇ ਦਿੱਤੇ ਆ ਸੀਨੀਅਰ ਖਿਡਾਰੀ ਔਰ ਲਵ ਯੂ ਆ ਤੇ ਮੈਂ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੇ ਜੁੜੀਏ ਇੱਕ ਦੋ ਰੱਖ ਲਾ ਬਹੁਤ ਨੇ ਬਾਈਆਂ ਨੇ ਵੀਰੇ ਲੰਗਰ ਪਾਣੀ ਵੀ ਆ ਦੇ ਲਓ ਰਾਤ ਦੇ 11:30-12 ਵਜੇ ਹੋਏ ਨੇ ਬਾਈਆਂ ਨੇ ਲੰਗਰ ਵੀ ਬਹੁਤ ਵਧੀਆ ਤਿਆਰ ਕਰਿਆ ਸੰਗਤ ਛਕ ਰਹੀ ਆ ਵੀਰ ਛਕ ਰਹੇ ਨੇ ਲੈ ਵੀ ਬਾਈ ਆਇਆ ਆਇਆ ਨਜ਼ਾਰਾ ਟੂਰਨਾਮੈਂਟ ਦਾ ਪੂਰਾ ਹੈ ਖੁਸ਼ ਹੋ ਹਾਂ ਇੱਧਰ ਬਾਈ ਖੁਸ਼ ਹਾਂ ਧੰਨਵਾਦ ਬਾਈ ਆ ਜਿਹੜੇ ਅੱਧੀ ਰਾਤ ਨੂੰ ਵੀ ਬਾਈ ਹਨਾ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਉਹ ਭਰਾ ਬੈਠੇ ਲੰਗਰ ਛਕ ਰਹੇ ਨੇ ਧੰਨਵਾਦ ਬਾਈਆਂ ਦਾ ਅੱਜ ਬਹੁਤ ਵਧੀਆ ਲੱਗਿਆ ਖੇੜੀ ਗੁਰਨਾ ਦੇ ਵਿੱਚ ਆ ਕੇ ਗੁੱਗਾ ਮੇੜੀ ਅਤੇ ਬਹੁਤ ਵੱਡਾ ਮੇਲਾ ਭਰਦਾ ਬਈਆ ਪਿੰਡ ਅਤੇ ਸੰਗਤ ਆਨੰਦ ਲੈਂਦੀ ਹੋਈ ਅਤੇ ਆ ਗੁਰਜੀ ਕਾ ਲੰਗਰ ਚੱਲ ਰਿਹਾ ਅਤੇ ਜ਼ਰੂਰ ਅਗਲੇ ਸਾਰੇ ਭਰਾਵਾਂ ਨੇ ਵਲੌਗ ਨੂੰ ਪਿਆਰ ਦੇਣਾ ਲਵ ਯੂ ਬਹੁਤ ਵਧੀਆ ਮੈਚ ਲੱਗਿਆ ਹੋਇਆ ਬਾਈ ਸਰੇ ਦਾ ਮੈਚ ਜੀ ਪਹਿਲਾ ਸੈਮੀ ਰਸਨਹੇੜੀ ਤੇ ਮਨਸੂਰਪੁਰ ਖੇੜੀ ਗੁਰਨਾ ਦੇ ਟੂਰਨਾਮੈਂਟ ਦਾ ਪਹਿਲਾ ਸੈਮੀ ਜਿਹੜਾ ਲੱਗਣ ਜਾ ਰਿਹਾ ਤੇ ਬਾਈ ਕੋਈ ਵਿਚਾਰ ਦੇਣਾ ਹੋਵੇ ਟੂਰਨਾਮੈਂਟ ਦੇ ਲਈ ਬਹੁਤ ਵਧੀਆ ਟੂਰਨਾਮੈਂਟ ਬਹੁਤ ਵਧੀਆ ਟੀਮਾਂ ਆਈਆਂ ਨੇ ਬਹੁਤ ਵਧੀਆ ਬਹੁਤ ਵਧੀਆ ਟੀਮਾਂ ਬਾਕੀ ਟੀਮ ਕਿਹੜੇ ਸਹੀ ਦਾ ਹੈ
ਬਹੁਤ ਵਧੀਆ ਪਿੰਡਾਂ ਵਾਲਿਆਂ ਨੇ ਉਪਰਾਲਾ ਕੀਤਾ ਪਹਿਲਾ ਟੂਰਨਾਮੈਂਟ ਆ ਤੇ ਬਹੁਤ ਵਧੀਆ ਚੱਲ ਰਿਹਾ ਤੇ ਰੱਬ ਦੀ ਮਿਹਰ ਨਾਲ ਬਹੁਤ ਵਧੀਆ ਨਿਪਰੇ ਚੜੂਗਾ ਹਾਂ ਵਾਹਿਗੁਰੂ ਮਿਹਰ ਕਰੇ ਬਾਈ ਵਧੀਆ ਖੇਡ ਮੇਲਾ ਬਾਈਆਂ ਨੇ ਕਰਵਾਇਆ ਤੇ ਪਹਿਲਾ ਸੈਮੀ ਸ਼ੁਰੂ ਹੋਣ ਜਾ ਰਿਹਾ ਜੀ ਬਾਬੇ ਦੀ ਕਿਰਪਾ ਨਾਲ ਦੇਖੋ ਕੀ ਬਣਦਾ ਲਓ ਪਹਿਲੀ ਸਰਵਿਸ ਮੋਂਟੀ ਨੇ ਕਰਾਤੀ ਜੀ ਦੂਜਾ ਸੈਮੀ ਲੱਗਣ ਜਾ ਰਿਹਾ ਇੱਕ ਪਾਸੇ ਬਹਾਦੜ ਹਰਿਆਣਾ ਦੂਜੇ ਪਾਸੇ ਸਾਰਣ ਹਰਿਆਣਾ ਕਿਹੜੀ ਗੁਰਨਾ ਦੇ ਟੂਰਨਾਮੈਂਟ ਦਾ ਦੂਜਾ ਸੈਮੀ ਫਾਈਨਲ ਤੇ ਸੰਗਤ ਦੇਖ ਲਓ ਦੋ ਢਾਈ ਵਜੇ ਦਾ ਟਾਈਮ ਹੋ ਗਿਆ ਹਲੇ ਤੱਕ ਜੁੜੀ ਬੈਠੀ ਆ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਲਵ ਯੂ ਆ ਸਾਰਣ ਫਾਈਨਲ 'ਚ ਚੱਲਦੇ ਮੈਚ ਜੋ ਟੀਮ ਸਾਰਣ ਦੀ ਫਾਈਨਲ 'ਚ ਪੁੱਜ ਗਈ ਹੈ ਅਤੇ ਟੀਮ ਬਹਾਦਰ ਦਾ ਧੰਨਵਾਦ ਸਾਰਿਆਂ ਦੇ ਤਾਂ ਬਣੀਆਂ ਹੋਈਆਂ ਉਹ ਪ੍ਰਵਾਨਾ ਜਿਹੜੇ ਲੈ ਨਹੀਂ ਹੁੰਦਾ ਜਿਹੜੀ ਮੈਚ ਇਸ ਨੇ ਹਾਰਾ ਦਿੱਤਾ ਔਰ ਆਓ ਜੀ ਭਾਜੀ ਖੇੜੀ ਗੁਰਨਾ ਦੇ ਟੂਰਨਾਮੈਂਟ ਦਾ ਫਾਈਨਲ ਇੱਕ ਪਾਸੇ ਮਨਸੂਰਪੁਰ ਦੂਜੇ ਪਾਸੇ ਸਾਰਣ ਹਰਿਆਣਾ ਹਰਿਆਣਾ ਪੰਜਾਬ ਦਾ ਮੈਚ ਕਹਿ ਦਈਏ ਵੀ ਫਾਈਨਲ ਲੱਗਿਆ ਹੋਇਆ ਦੇਖੋ ਕਿਹੜੀ ਟੀਮ ਜਿੱਤਦੀ ਹੈ ਸਮਾਂ ਦੱਸੂਗਾ ਜੀ ਲਓ ਜੀ ਸੈਂਟਰ ਇਹ ਸਟੇਟ ਬਿਲਕੁਲ ਟੀਮ ਸਾਰਣ ਹਰਿਆਣਾ ਬਹੁਤ ਬਹੁਤ ਮੁਬਾਰਕਾਂ ਖੇੜੀ ਗੁਰਨਾ ਦੀ ਖੇਡ ਮੇਲੇ ਤੋਂ ਟੀਮ ਸਾਰਣ ਹਰਿਆਣਾ ਜਿਹੜੀ ਸੈਂਕਟ ਰਹੀ ਹੈ ਮਨਸੂਰਪੁਰ ਦੀ ਖੇਡੀ ਗੁਰਨਾ ਦੇ ਟੂਰਨਾਮੈਂਟ ਤੋਂ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਬਹੁਤ